ਇਸ ਵੀਡੀਓ ਵਿੱਚ ਆਪਾਂ ਨਾਰਦਰਨ ਰੇਲਵੇਜ਼ ਦੀ ਰੇਲ ਕੋਚ ਫੈਕਟਰੀ ਬਾਰੇ 5 ਬਹੁਤ ਇੰਟਰਸਟਿੰਗ ਗੱਲਾਂ ਸਾਂਝੀਆਂ ਕਰਾਂਗੇ। 3 ਅਤੇ 1 ਨੰਬਰ ਵਾਲੀ ਜਾਣਕਾਰੀ ਖਾਸ ਹੀ ਇੰਟਰਸਟਿੰਗ ਹੈ। ਇਹ ਫੈਕਟਰੀ ਕਪੂਰਥਲਾ ਸਿਟੀ ਤੋਂ 7 ਕਿਲੋਮੀਟਰ ਅੱਗੇ ਕਪੂਰਥਲਾ ਸੁਲਤਾਨਪੁਰ ਰੋਡ 'ਤੇ ਸਥਿਤ ਹੈ। RCF ਦਾ ਨੀਂਹ ਪੱਥਰ 17 ਅਗਸਤ 1985 ਨੂੰ ਰੱਖਿਆ ਗਿਆ ਸੀ ਅਤੇ ਇਸ ਨੂੰ ਬਣਾਉਣ ਦੀ ਸ਼ੁਰੂਆਤੀ ਲਾਗਤ 423 ਕਰੋੜ ਰਹੀ। ਸਿਰਫ 2 ਸਾਲਾਂ ਦੇ ਵਿੱਚ ਹੀ ਇੱਥੇ ਰੇਲ ਦੇ ਡੱਬਿਆਂ ਦੀ ਪ੍ਰੋਡਕਸ਼ਨ ਸ਼ੁਰੂ ਹੋ ਗਈ ਸੀ ਅਤੇ 31 ਮਾਰਚ 1987 ਨੂੰ ਪਹਿਲਾ ਡੱਬਾ ਤਿਆਰ ਹੋ ਕੇ ਬਾਹਰ ਆਇਆ ਸੀ। ਮਾਰਚ 2022 ਤੱਕ ਇੱਥੇ 41,000 ਕੋਚਿਸ ਦੇ ਪ੍ਰੋਡਕਸ਼ਨ ਹੋ ਚੁੱਕੀ ਹੈ, ਜਿਹਦੇ ਵਿੱਚ 60 ਤੋਂ ਵੱਧ ਅਲੱਗ ਅਲੱਗ ਡਿਜ਼ਾਈਨ ਸ਼ਾਮਿਲ ਰਹੇ। ਇਹੀ ਨਹੀਂ, 2021-22 ਦੇ ਫਿਸਕਲ ਈਅਰ ਵਿੱਚ ਤਾਂ ਇੱਥੇ 1862 ਡੱਬੇ ਬਣਾਏ ਗਏ, ਜੋ ਹੁਣ ਤੱਕ ਦਾ ਰਿਕਾਰਡ ਰਿਹਾ। ਰੇਲ ਦੇ ਕੋਚਿਸ ਤੋਂ ਇਲਾਵਾ RCF ਆਪਣੀ ਹਰੀ ਭਰੀ ਟਾਊਨਸ਼ਿਪ ਲਈ ਵੀ ਬਹੁਤ ਫੇਮਸ ਹੈ, ਜਿਹਦੇ ਵਿੱਚ 4,000 ਤੋਂ ਵੱਧ ਰਿਹਾਇਸ਼ੀ ਫਲੈਟ ਨੇ ਅਤੇ ਰੈਜ਼ੀਡੈਂਟਸ ਦੇ ਸਹੂਲਤ ਲਈ 6 ਸਕੂਲ, ਹੋਸਪਿਟਲ, ਸ਼ੋਪਿੰਗ ਕੰਪਲੈਕਸ, ਬੈਂਕਸ, 3 ਸਟੇਡੀਅਮ, ਸਵਿਮਿੰਗ ਪੂਲ ਅਤੇ ਕਮਿਊਨਿਟੀ ਹਾਲ ਵੀ ਹੈ, ਜੋ ਕਿਸੇ ਆਲੀਸ਼ਾਨ ਰਿਜ਼ੋਰਟ ਤੋਂ ਘੱਟ ਨਹੀਂ ਅਤੇ ਇੱਥੇ ਹਰ ਮਹੀਨੇ 15-20 ਪ੍ਰਾਈਵੇਟ ਫੰਕਸ਼ਨਸ ਅਰੇਂਜ ਹੁੰਦੇ ਨੇ। ਇੱਥੋਂ ਦਾ ਗੋਲਫ ਕੋਰਸ, ਜੋ ਕੰਟਰੀ ਦਾ ਬੈਸਟ ਰੇਲਵੇ ਕੋਰਸ ਹੈ, ਇਹ 18 ਹੋਲ ਅਤੇ 6500 ਯਾਰਡ ਵੱਡਾ ਹੋਣ ਦੇ ਨਾਲ ਨਾਲ ਕਲੱਬ ਹਾਊਸ ਅਤੇ ਪ੍ਰੋਪਰ ਡਰਾਈਵਿੰਗ ਰੇਂਜ ਦੀ ਸੁਵਿਧਾ ਵੀ ਦਿੰਦਾ ਹੈ। 1 ਤੇ ਹੈ ਇੱਥੋਂ ਦੀ ਲੇਕ, ਜੋ ਕਿ ਇੱਥੇ ਘੁੰਮਣ ਆਉਣ ਵਾਲਿਆਂ ਲਈ ਖਾਸ ਹੀ ਖਿੱਚ ਦਾ ਕੇਂਦਰ ਹੈ। ਇੱਥੇ ਦੀ ਹਰਿਆਵਲ ਵੰਨ ਸੁਵੰਨੇ ਪੰਛੀਆਂ ਲਈ ਦਹਾਕਿਆਂ ਤੋਂ ਇੱਕ ਖੂਬਸੂਰਤ ਘਰ ਦਾ ਕੰਮ ਵੀ ਕਰ ਰਹੀ ਹੈ। ਇਹਦੇ ਨਾਲ ਹੀ ਕਈ ਤਰ੍ਹਾਂ ਦੀਆਂ ਫਿਸ਼ਿਸ ਅਤੇ ਬਤਕਾਂ ਵੇਖਣ ਨੂੰ ਅਲੱਗ ਹੀ ਨਜ਼ਾਰਾ ਪੇਸ਼ ਕਰਦੇ ਨੇ। ਇਸ ਤੋਂ ਇਲਾਵਾ ਇੱਥੇ ਬੋਟਿੰਗ, ਸਕੇਟਿੰਗ ਰੇਕ, ਚਿਲਡਰਨ ਪਾਰਕ, ਰੈਬਿਟ ਹਾਊਸ, ਕਾਰਗਿਲ ਹਿੱਲ ਦੇ ਜੇਤ ਨੂੰ ਸਮਰਪਿਤ ਝਾਕੀ ਦੇ ਨਾਲ ਹੋਰ ਵੀ ਬਹੁਤ ਕੁਝ ਵੇਖਣ ਨੂੰ ਹੈ। ਸ਼ਾਮ ਦੇ ਸਮੇਂ ਇੱਥੇ ਕਲਰਫੁੱਲ ਲਾਈਟਸ ਅਤੇ ਫਾਊਂਟੇਨਸ ਬਹੁਤ ਸੋਹਣਾ ਮਾਹੌਲ ਬਣਾਉਂਦੇ ਨੇ।